subscribe our channel for latest updates. ਪੰਜਾਬ ਦੇ ਨੌਜਵਾਨਾਂ ਤੇ ਵਿਦੇਸ਼ ਦੀ ਧਰਤੀ ਤੇ ਜਾ ਕੇ ਪੈਸੇ ਕਮਾਉਣ ਦਾ ਜਨੂਨ ਸਿਰ ਤੇ ਚੜਿਆ ਹੋਇਆ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹ ਪੈਸੇ ਕਮਾ ਕੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰ ਸਕਦੇ ਨੇ ਅਤੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਨੇ। ਉਹ ਆਪਣੇ ਮਨ ਦੇ ਵਿੱਚ ਲੱਖਾਂ ਸੁਪਨੇ ਸਜਾ ਕੇ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ, ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨਾਲ ਉੱਥੇ ਕੀ ਭਾਣਾ ਵਰਤਣਾ ਹੈ। ਲਗਾਤਾਰ ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀ ਨੌਜਵਾਨਾਂ ਦੇ ਨਾਲ ਘਟਨਾਵਾਂ ਵਾਪਰ ਰਹੀਆਂ ਨੇ, ਜਿਸ ਦੇ ਤਹਿਤ ਵਿਦੇਸ਼ ਦੀ ਧਰਤੀ ਤੇ ਨਵਾਂ ਸ਼ਹਿਰ ਦੇ ਨੌਜਵਾਨ ਧਰਮਪ੍ਰੀਤ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਮਰਿੰਡਾ ਵਿੱਚ ਗੈਸ ਸਟੇਸ਼ਨ ਦੇ ਗੋਰਸੀ ਸਟੋਰ 'ਤੇ ਪੰਜਾਬੀ ਗੁਰਸਿੱਖ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ ਦਾ ਕਤਲ ਹੋ ਗਿਆ। ਨੌਜਵਾਨ ਨਵਾਂ ਸ਼ਹਿਰ ਦੇ ਪਿੰਡ ਖੋਥੜਾ ਦਾ ਰਹਿਣ ਵਾਲਾ ਹੈ। ਧਰਮਪ੍ਰੀਤ ਆਪਣੇ ਮਾਂ ਬਾਪ ਦਾ ਇੱਕੋ ਇੱਕ ਪੁੱਤ ਸੀ। ਨੌਜਵਾਨ ਦੀ ਹੱਤਿਆ ਲੁੱਟਮਾਰ ਤੋਂ ਬਾਅਦ ਕੀਤੀ ਗਈ। ਲੁਟੇਰਿਆਂ ਨੇ 4 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਧਰਮਪ੍ਰੀਤ ਦੇ ਸਿਰ 'ਤੇ ਲੱਗੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਧਰਮਪ੍ਰੀਤ ਸਟੱਡੀ ਵੀਜ਼ੇ 'ਤੇ 2015 'ਚ ਅਮਰੀਕਾ ਗਿਆ ਸੀ। ਅਮਰੀਕਾ ਪੁਲਿਸ ਨੇ ਇੱਕ ਕਾਤਲ ਨੂੰ ਗ੍ਰਿਫਤਾਰ ਕੀਤਾ ਅਤੇ ਦੂਜੇ ਦੀ ਤਲਾਸ਼ ਜਾਰੀ ਹੈ। ਤੁਹਾਨੂੰ ਦੱਸ ਦੇ ਕਿ ਫੜਿਆ ਗਿਆ ਕਾਤਲ ਨੌਜਵਾਨ ਵੀ ਪੰਜਾਬ ਦਾ ਹੈ, ਜਿਸ ਦਾ ਨਾਮ ਅੰਮ੍ਰਿਤਰਾਜ ਸਿੰਘ ਅਠਵਾਲ ਹੈ। ਉਧਰ ਇਸ ਖਬਰ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਬੇਟੇ ਦੀ ਲਾਸ਼ ਨੂੰ ਭਾਰਤ ਜਦ ਤੱਕ ਲਿਆਂਦਾ ਜਾਵੇਗਾ ਉਦੋਂ ਤੱਕ ਉਹ ਖਰਾਬ ਹੋ ਜਾਵੇਗੀ। ਇਸ ਲਈ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸਰਕਾਰ ਅਮਰੀਕਾ ਦਾ ਵੀਜ਼ਾ ਦੇਵੇ ਤਾਂ ਜੋ ਉਹ ਆਪਣੇ ਪੁੱਤ ਨੂੰ ਦੇਖ ਕੇ ਉਸਦਾ ਸੰਸਕਾਰ ਕਰ ਸਕਣ। ਸਾਨੂੰ ਫੋਨ ਕੀਤਾ, ਗੱਲਬਾਤ ਹੋਈ, ਕਹਿੰਦਾ ਪਾਪਾ ਮੈਂ ਅੱਜ ਨਾ ਜਾ ਕੰਮ 'ਤੇ, ਕਹਿੰਦਾ ਮਾਲਕ ਮੇਰਾ ਬਹੁਤ ਚੰਗਾ, ਕਹਿੰਦਾ 2 ਘੰਟੇ ਵਾਸਤੇ ਆ ਜਾ, ਮੈਂ 2 ਘੰਟੇ ਆ ਕੇ ਫਿਰ ਚੱਲ ਜਾਈ। ਇਹ ਚਲਾ ਗਿਆ। ਜਿਸ ਮੁੰਡੇ ਡਿਊਟੀ ਸੀ ਉਹ ਘਰ ਆ ਗਿਆ, ਬਿਮਾਰ ਸੀ, ਇਹ ਆਪ ਚਲਾ ਗਿਆ ਉੱਥੇ। ਅਤੇ ਉੱਥੇ ਕੋਈ ਉੱਥੇ ਚੋਰੀ, ਉੱਥੇ ਦੋ ਆਏ ਬੰਦੇ ਆਏ, ਉਹਨੇ ਆ ਕੇ ਪਹਿਲਾਂ ਤਾਂ ਸਮਾਨ ਚੋਰੀ ਕੀਤਾ, ਜਿੱਦਾਂ ਅਸੀਂ ਦੇਖ ਰਹੇ ਫੋਟੋਆਂ 'ਚ ਦੇਖ ਰਹੇ, ਸਾਨੂੰ ਦੱਸ ਰਿਹਾ ਲੁੱਟਣ ਦੀ ਨੀਤ ਨਾ ਆਏ। ਫਿਰ ਜਾਣ ਲੱਗੇ, ਮੁੜ ਕੇ ਵਾਪਸ ਆ ਕੇ ਛੂਟ ਕਰਤਾ ਨੇ, 3-4 ਗੋਲੀਆਂ ਚਲਾਈਆਂ। ਜਿਹੜੇ ਜੇ ਗੋਲੀ ਉਹਦੇ ਮੱਥੇ 'ਚ ਲੱਗ ਗਈ ਤਾਂ ਉੱਥੇ ਪੂਰਾ ਹੋ ਗਿਆ ਜੀ। ਕੁਛ ਦੱਸਦਾ ਹੈਗਾ, ਅਸੀਂ ਅਗਰ ਰੋਈ ਜਾਂਦੇ, ਸਾਨੂੰ ਤਾਂ ਸਾਨੂੰ ਕੁਛ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸਾਡੀ ਬੋਡੀ ਇੱਥੇ ਮੰਗਾ ਦੇਣ ਜਾਂ ਸਾਡੇ ਪਰਿਵਾਰ ਨੂੰ ਵੀਜ਼ਾ ਦੇ ਦੇਣ, ਅਸੀਂ ਸਾਰੇ ਪਰਿਵਾਰ ਜਾ ਕੇ ਆਪਣੇ ਉਸਨੂੰ ਉੱਥੇ ਸੰਸਕਾਰ ਕਰ ਸਕੀਏ। ਜਿੰਨੇ ਵੀ ਅਸੀਂ ਅਪਲਾਈ ਕਰਦੇ ਹਾਂ ਵੀਜ਼ਾ, ਸਾਡੇ ਸਾਰਿਆਂ ਨੂੰ ਵੀਜ਼ਾ ਦਿੱਤੇ ਜਾਣ। ਇਹੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਆਪਣੇ ਪੁੱਤ ਦਾ, ਚਾਚੇ ਤਾਏ ਸਾਰੇ ਆ ਕੇ ਉਹਨੂੰ ਮਿਲ ਲੈਣ, ਇੱਕ ਵਾਰੀ ਮੂੰਹ ਦੇਖ ਲੈਣ। ਜਿੱਥੇ ਵੀ ਆਇਆ ਤਾਂ ਬੋਡੀ ਵਿੱਚ ਹੋਣਾ, ਕੋਈ ਨਹੀਂ ਦੇਖ ਸਕਦਾ ਇੱਥੇ ਉਹਨੂੰ ਕੋਈ ਨਹੀਂ ਦੇਖ ਸਕਦਾ। ਦੇਖਣਗੇ ਤਾਂ ਉੱਥੇ ਜਾ ਕੇ ਦੇਖ ਸਕਦੇ ਆ। ਮੇਰੀ ਬੇਨਤੀ ਹੈ ਗੌਰਮੈਂਟ ਨੂੰ, ਪ੍ਰਧਾਨ ਮੰਤਰੀ ਨੂੰ ਵੀ, ਸਾਡੇ ਸਾਰਿਆਂ ਦੇ ਵੀਜ਼ੇ ਅਪਲਾਈ ਕਰ ਦਿਓ। ਸਾਡੀ ਫੈਮਿਲੀ ਪੂਰੀ ਜਾ ਕੇ ਉਹਨੂੰ ਦੱਸ ਸੰਸਕਾਰ ਕਰਿਆ ਵੇ। ਅਸੀਂ ਉੱਥੇ ਰਹਿਣਾ ਨਹੀਂ ਚਾਹੁੰਦੇ, ਅਸੀਂ ਅਮਰੀਕਾ 'ਚ ਨਹੀਂ ਰਹਿਣਾ ਚਾਹੁੰਦੇ। ਸਾਡੇ ਬੱਚੇ ਨੂੰ ਇੱਥੇ ਉੱਥੇ ਸੰਸਕਾਰ ਕਰ ਦਈਏ ਜਾ ਕੇ। ਇੰਨੀ ਅਪੀਲ, ਮੇਰੀ ਬੇਨਤੀ ਪਰਿਵਾਰ ਕਰ ਲੈਣ, ਹੋਰ ਮੈਂ ਕੁਛ ਨਹੀਂ ਚਾਹੁੰਦਾ। ਸਾਡੇ ਸਾਰੇ ਪਰਿਵਾਰ ਦਾ ਵੀਜ਼ਾ ਦੇ ਦੇਣ, ਅਸੀਂ ਜਾ ਕੇ ਤੁਹਾਨੂੰ ਦੱਸ ਦੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਵਿਦੇਸ਼ ਮੰਤਰਾਲੇ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਨਵਾਂ ਸ਼ਹਿਰ ਤੋਂ ਜੋਬਨਪ੍ਰੀਤ ਭੰਗਲ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।